ਕਹਿੰਦੇ ਨੇ ਕਿ ਜੇ ਕੁਝ ਕਰਨ ਦੀ ਹਿੰਮਤ ਤੇ ਜਜ਼ਬਾ ਹੋਵੇ ਤਾਂ ਵੱਡੀ ਤੋਂ ਵੱਡੀ ਮੰਜ਼ਿਲ ਨੂੰ ਸਰ ਕੀਤਾ ਜਾ ਸਕਦਾ ਤੇ ਅਜਿਹੇ ਸੱਚ ਕਰਕੇ ਵਿਖਾਇਆ ਜ਼ਿਲ੍ਹਾ ਬਰਨਾਲਾ ਦੇ ਭਦੌੜਦੇ ਰਹਿਣ ਵਾਲੇ ਇਹ ਛੋਟੇ ਜਿਹੇ ਪਰਿਵਾਰ ਨੇ ਜਿਨ੍ਹਾਂ ਨੇ ਗੱਡੀਆਂ ਦੀ ਬਾਡੀ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਸੀ ਜੋ ਹੁਣ ਬੁਲੰਦੀਆਂ ਤੇ ਹੈ। ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਦੌੜਦੀਆਂ ਡੀਲੈਕਸ ਲਗਜ਼ਰੀ ਤੇ ਸਲੀਪਰ ਬੱਸਾਂ ਇਸੇ ਫੈਕਟਰੀ ਦੇ ਵਿੱਚੋਂ ਤਿਆਰ ਹੋਈਆਂ ਨੇ। ਪਰਿਵਾਰ ਦੀ ਸਖ਼ਤ ਮਿਹਨਤ ਨੂੰ ਇੰਨਾ ਬੁਰ ਪਿਆ ਕਿ ਹੁਣ ਪੰਜਾਬ ਦੇ ਵਿੱਚ ਬੱਸਾਂ ਦੀ ਬਾਡੀ ਤਿਆਰ ਕਰਨ ਦੇ ਮਾਮਲੇ 'ਚ ਇਹਨਾਂ ਦੀ ਫਰਮ ਦਾ ਦੂਜੇ ਨੰਬਰ ਤੇ ਨਾਮ ਹੁੰਦਾ ਹੈ। ਸਰ ਇਹ ਜੋ ਫਰਮ ਹੈ ਇਹ 1984 ਤੋਂ ਚੱਲ ਰਹੀ ਹੈ, ਹੋਂਦ ਵਿੱਚ ਆਈ ਹੈ। ਇੱਥੇ ਬਸ ਬੋਡੀ ਦਾ ਕੰਮ ਕਰ ਰਹੇ ਹਾਂ ਅਸੀਂ, ਤਕਰੀਬਨ ਹਰ ਇੱਕ ਤਰ੍ਹਾਂ ਦੀ ਇੱਥੇ ਬਸ ਬੋਡੀ ਤਿਆਰ ਕੀਤੀ ਜਾਂਦੀ ਹੈ। ਜਿੱਦਾਂ ਸਰ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਬੰਬੇ, ਅਸਾਮ, ਨਾਗਾਲੈਂਡ, ਮਣੀਪੁਰ, ਸਾਰੇ ਸਟੇਟ ਦੇ ਵਿੱਚੋਂ ਬਸ ਸਾਡੇ ਕੋਲ ਯਾਨੀ ਕਿ ਆ ਰਹੀ ਹੈ। ਜਿੱਥੇ ਪਰਿਵਾਰ ਕਾਮਯਾਬੀ ਦੀ ਮਿਸਾਲ ਕਾਇਮ ਕਰ ਰਿਹਾ ਉੱਥੇ ਭਾਈਚਾਰਕ ਸਾਂਝ ਦਾ ਵੀ ਸੁਨੇਹਾ ਦੇ ਰਿਹਾ। ਇਸ ਕੰਮ ਦੇ ਵਿੱਚ ਪੂਰਾ ਪਰਿਵਾਰ ਹੱਥ ਵਟਾ ਰਿਹਾ। ਇਹੀ ਵਜ੍ਹਾ ਕਿ ਅੱਜ ਪਰਿਵਾਰ ਦਾ ਨਾਂ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾ ਰਿਹਾ। ਉੱਥੇ ਇਹ ਫੈਕਟਰੀ 250 ਦੇ ਕਰੀਬ ਲੋਕਾਂ ਦੇ ਲਈ ਰੁਜ਼ਗਾਰ ਦਾ ਵੀ ਸਾਧਨ ਬਣੀ ਹੈ। ਮਿਹਨਤੀ ਕਾਰੀਗਰ ਇੱਕ ਮਹੀਨੇ ਦੇ ਵਿੱਚ 30 ਤੋਂ 35 ਬੱਸਾਂ ਤਿਆਰ ਕਰ ਲੈਂਦੇ ਨੇ, ਜਿਸ ਦੇ ਚੱਲਦਿਆਂ ਕਈ ਸੂਬਿਆਂ ਵੱਲੋਂ ਸਰਵਉੱਚ ਸਨਮਾਨ ਵੀ ਇਸ ਫੈਕਟਰੀ ਨੂੰ ਮਿਲ ਚੁੱਕੇ ਨੇ ਤੇ ਦਿੱਲੀ ਦੇ ਪ੍ਰਗਤੀ ਮੈਦਾਨ ਦੇ ਵਿੱਚ 2005 ਦੇ ਵਿੱਚ ਲੱਗੀ ਪ੍ਰਦਰਸ਼ਨੀ ਦੇ ਵਿੱਚ ਵੀ ਇੱਥੋਂ ਤਿਆਰ ਕੀਤੀ ਬੱਸ ਨੂੰ ਪਹਿਲਾ ਨੰਬਰ ਮਿਲ ਚੁੱਕਾ ਹੈ। ਹਾਂਜੀ ਹਾਂਜੀ, ਮੈਂ ਐਜ਼ ਏ ਮੈਨੇਜਮੈਂਟ ਜਿੱਥੇ ਮੇਰਾ ਮਨ ਹੈ, ਜੋ ਮੇਰਾ ਇੰਟਰਸਟ ਹੈ, ਮੈਂ ਨਾਲ ਨਾਲ ਇਹਨਾਂ ਦੇ ਥੋੜ੍ਹੀ ਥੋੜ੍ਹੀ ਜਿੰਨੀ ਮੈਨੂੰ ਲੱਗਦੀ ਹੈ ਮੈਂ ਹੈਲਪ ਕਰਦੀ ਹਾਂ, ਔਰ ਮੈਂ ਵੀ ਕੁਛ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹਾਂ ਇਹਨਾਂ ਦੇ ਨਾਲ। ਹਾਂਜੀ, ਕੋਸ਼ਿਸ਼ ਤਾਂ ਮੇਨ ਮੋਟਿਵ ਤਾਂ ਇਹੀ ਹੈ ਵੀ ਮਤਲਬ ਇਸ ਚੀਜ਼ ਨੂੰ ਜੋ ਸਾਡੇ ਬਜ਼ੁਰਗਾਂ ਦੀ ਦਿੱਤੀ ਹੋਈ ਇਹ ਦਾਤ ਹੈ, ਇਸ ਚੀਜ਼ ਨੂੰ ਅਸੀਂ ਵੱਧ ਤੋਂ ਵੱਧ ਸਕਸੈਸਫੁਲ ਕਰੀਏ, ਔਰ ਇਸ ਨੂੰ ਉਹਨਾਂ ਦਾ ਜੋ ਇੱਜ਼ਤ ਮਾਣ ਬਣੀ ਹੋਈ ਹੈ ਉਸ ਚੀਜ਼ ਨੂੰ ਅਸੀਂ ਬਣਾਈ ਰੱਖੀਏ। ਭਦੌੜ ਦਾ ਮਿਹਨਤੀ ਪਰਿਵਾਰ ਹੋਰਨਾਂ ਦੇ ਲਈ ਪ੍ਰੇਰਨਾ ਦਾ ਸਰੋਤ ਸਾਬਿਤ ਹੋ ਰਿਹਾ ਤੇ ਸੁਨੇਹਾ ਦੇ ਰਿਹਾ ਕਿ ਸਖ਼ਤ ਮਿਹਨਤ ਦਾ ਫਲ ਇੱਕ ਦਿਨ ਜ਼ਰੂਰ ਮਿਲਦਾ ਹੈ ਤੇ ਹਿੰਮਤ ਤੇ ਜਜ਼ਬੇ ਨਾਲ ਹਰ ਮੰਜ਼ਿਲ ਨੂੰ ਸਰ ਕਰਨਾ ਸੰਭਵ ਹੈ। ਬਰਨਾਲਾ ਤੋਂ ਅਸ਼ੀਸ਼ ਸ਼ਰਮਾ, ਨਿਊਜ਼ 18, ਪੰਜਾਬ।